7ਵੀਂ ਦੇ ਵਿੱਚ ਇੱਕ ਗਿਆਨੀ ਟੀਚਰ ਸੀ ਸਾਡੇ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਸਕੂਲਾਂ ਦਾ ਕੰਪੀਟੀਸ਼ਨ ਹੋਣਾ ਹੈ ਤੋਂ ਭਾਸ਼ਣ ਉਹਨੇ ਲਿਖੇ ਦਿੱਤਾ ਤੇ ਇਹਨੂੰ ਯਾਦ ਕਰ ਲੈ ਤੇ ਮੇਰੇ ਪਿੰਡ ਵਿੱਚ ਰੱਬ ਵੱਸਦਾ ਤੇ ਮੈਂ ਜੋ ਉਹਨੇ ਲਿਖਿਆ ਮੈਂ ਯਾਦ ਕਰ ਲਿਆ ਤੇ ਹਰ ਰੋਜ਼ ਪ੍ਰੈਕਟਿਸ ਕਰਾਉਂਦੇ ਸੀ ਰੈਸਲ ਕਰਾਉਂਦੇ ਸੀ ਤੇ ਮੈਂ ਕਲਾਸ 'ਚ ਸਨਵਾ ਦਿੰਦਾ ਸੀ ਜਿਸ ਦਿਨ ਕੰਪੀਟੀਸ਼ਨ ਦਾ ਟਾਈਮ ਆਇਆ ਤੇ ਮੇਰਾ ਨੰਬਰ ਆਇਆ ਕਈ ਸਕੂਲ ਆਏ ਹੋਏ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਬੈਠਾ ਤੇ ਮੈਂ ਜਿਹੜਾ ਪਹਿਲੀ ਮੇਰਾ ਖੜਾ ਡੇਢ ਜਾਂ ਦੋ ਲਾਈਨਾਂ ਬੋਲੀਆਂ ਹੋਣਗੀਆਂ ਮੈਂ ਭੁੱਲ ਗਿਆ ਜਦੋਂ ਮੈਂ ਭੁੱਲਿਆ ਲੋਕ ਹਸਣ ਲੱਗੇ ਪਰ ਮੈਂ ਇੱਕ ਕੰਮ ਕੀਤਾ ਫਿਰ ਮੈਂ ਉਤਰਨਾ ਨਹੀਂ ਉਹ ਸ਼ਾਇਦ 3 ਮਿੰਟ ਮਿਨੀਮਮ ਤੇ 3 ਟੂ 5 ਮਿੰਟ ਕੱਟ ਡਾਉਨ ਕਰ ਦੱਸੇ ਮੈਂ ਉੱਥੇ ਇੰਪਰੋਵਾਈਜ਼ ਕਰਨਾ ਸ਼ੁਰੂ ਕਰਤਾ ਜਿਹੜਾ ਯਾਦ ਕੀਤਾ ਸੀ ਉਹ ਭੁੱਲਿਆ ਪਰ ਮੈਂ ਭਾਸ਼ਣ ਨਹੀਂ ਆਪਦਾ ਭਾਸ਼ਣ ਨਹੀਂ ਭੁੱਲਿਆ ਮੈਂ ਵੈ ਸੀ ਆਹ ਦੇਖੋ ਮੇਰਾ ਉਦੋਂ ਡੀਟੀ 14 ਇੱਕ ਟਰੈਕਟਰ ਖੜਾ ਸੀ ਉੱਥੇ ਮੇਸਰ ਪਰ ਕਮੇਟੀ ਦਾ ਉਹ ਦੇਖੋ ਮੇਰਾ ਟਰੈਕਟਰ ਖੜਾ ਹੈ ਇਹ ਟਰੈਕਟਰ ਨਾਲ ਮੈਂ ਖੇਤੀ ਕਰਦਾ ਮੈਂ ਕਰਦਾ ਹਰਾਚਾਰਾ ਜੋ ਮੇਰੇ ਮਨ ਚ ਆਇਆ ਉਹ ਬੋਲੀ ਗਿਆ ਜੀ ਬੜੀਆਂ ਤਾੜੀਆਂ ਪਈਆਂ ਇੱਕ ਛੋਟਾ ਜਿਹਾ ਬੱਚਾ ਆਪ ਦੇ ਆਪ ਹੀ ਭਾਸ਼ਣ ਕਰ ਰਿਹਾ ਹੈ ਹੂੰ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਅਦਰਵਾਇਜ਼ ਮੈਂ ਡਿਸਕਵালিਫਾਈ ਕਰ ਗਿਆ ਸੀ ਕਿਉਂਕਿ ਮੈਂ ਜਿਹੜਾ ਭੁੱਲ ਗਿਆ ਸੀ ਲੇਕਿਨ ਮੈਨੂੰ 5 ਰੁਪਏ ਇੱਕ ਦਿੱਤੇ ਤੇ 11 ਰੁਪਏ ਮੈਨੂੰ ਦਿੱਤੇ ਵਿਸਪਰ ਕਮੇਟੀ ਦੇ ਪ੍ਰਧਾਨ ਨੇ ਨਾਮ ਬਜੋ ਤੇ ਨਾਮ ਬਜੋ 20 ਬਾਈ ਰੁਪਏ ਹੋ ਗਏ ਉਹਨਾਂ ਦੇ ਵਿੱਚ ਬਹੁਤ ਦੀ ਗੱਲ ਹੈ ਜਿਹੜੀ ਵੀ ਇੰਨਾ ਤੇ ਖੈਰ ਮੈਨੂੰ ਹੌਸਲਾ ਮਿਲ ਗਿਆ ਨਾਮ ਤਾਂ ਛੱਡੋ ਫਿਰ ਵੀ ਜਿਹੜਾ ਹੈ ਬਸ ਉਸ ਤੋਂ ਬਾਅਦ ਇਹ ਮੈਨੂੰ ਸੱਤਵੀਂ ਦੀ ਗੱਲ ਹੈ ਫਿਰ ਮੈਂ ਆਪਣਾ ਜਿਹੜਾ ਪਾਸ਼ਨ ਮੈਨੂੰ ਇਹ ਹੌਸਲਾ ਜੋ ਗਿਆ ਮੈਂ ਪਾਸ਼ਨ ਦੇ ਸਕਦਾ ਹਾਂ ਸ਼ੁਰੂ ਕਰਤਾ ਤੇ ਉਹਨਾਂ ਨੇ ਵੀ ਗਿਆਨੀ ਜੀ ਨੇ ਵੀ ਮੈਨੂੰ ਕਿਹਾ ਵੀ ਇਹ ਮੁੰਡੇ 'ਚ ਹੈ ਕੋਈ ਗੱਲ ਹੌਸਲਾ ਜੇ ਦਿੰਦੇ-ਦਿੰਦੇ ਕਦੀ ਕਲਾਸ ਹੋਰ ਚੜੇ 8ਵੀਂ 9ਵੀਂ ਚ ਅਸੀਂ ਕਹਾਣੀਆਂ ਲਿਟਰੇਚਰ ਦੀਆਂ ਪੜ੍ਹਨੀਆਂ ਸ਼ੁਰੂ ਕਰਤੀਆਂ ਤੇ ਮੈਨੂੰ ਸ਼ੌਕ ਪੈ ਗਿਆ ਤੇ ਸ਼ੌਕ ਪੈਣ ਦਾ ਇੱਕ ਹੋਰ ਵੀ ਕਾਰਨ ਸੀ ਕਿ ਮੈਂ ਇੱਕ ਦਿਨ ਪਤੰਗ ਲੈਣ ਗਿਆ ਅੱਛਾ 25 ਪੈਸੇ ਹੁੰਦੇ ਸੀ ਚਵਾਨੀ ਕਹਦਾ ਦੱਸ ਸੀ ਚਵਾਨੀ ਸੀ ਮੇਰੇ ਕੋਲ ਤੇ ਉਹਨਾਂ ਵਾਂਗੂ ਇਹ ਨਹੀਂ ਹੁੰਦਾ ਸੀ ਕਿ ਆ ਅੱਜਕੱਲ ਜਿਹੜਾ ਵੀ ਰਿਸ਼ਤਾ ਜੀ ਮਾਸ ਆਪਣਾ ਅੰਕਲ ਆਂਟੀ ਉਦੋਂ ਹੁੰਦਾ ਸੀ ਜਾਂ ਕੋਈ ਚਾਚਾ ਜਾਂ ਮਾਸਟਰ ਉਹ ਸਾਡੇ ਗਵਾਂਢ ਜਿਹੜੀ ਦੁਕਾਨ ਸੀ ਉਹਨੂੰ ਮਾਸਟਰ ਕਹਿੰਦੇ ਸੀ ਮੈਂ ਕਿਹਾ ਮਾਸਟਰ ਆਹ ਜਿਹੜੀ ਕਿਤਾਬ ਪਈ ਹੈ ਮੈਨੂੰ ਦੇ ਦੇ ਅਸਲ ਤੇ ਵਿੱਚ ਉੱਥੇ ਕੋਈ ਰੱਦੀ ਚ ਕਿਤਾਬਾਂ ਦੇ ਗਿਆ ਸੀ ਉਹ ਕਹਿੰਦਾ ਪੁੱਤ ਤੂੰ ਕੀ ਕਰੇਗਾ ਮੈਂ ਕਿਹਾ ਮੈਂ ਪੜ੍ਹਾਂਗਾ ਕਹਿੰਦਾ ਜੇ ਪੜ੍ਹੇਗਾ ਤਾਂ ਹੁਈ ਲੈ ਜਾ ਉਹਨੇ ਮੈਨੂੰ ਤਿੰਨ ਚਾਰ ਜਿਹੜੀਆਂ ਕਿਤਾਬਾਂ ਰੱਦੀ ਵਾਲੀਆਂ ਫੜਾਤੀਆਂ ਕਮਾਲ ਤਿੰਨੇ ਨਾਵਲ ਹੋ ਨਾਨਕ ਸਿੰਘ ਦੇ ਸੀ ਕੋਈ ਪੜ੍ਹ ਕੇ ਰੱਖ ਗਿਆ ਸੀ ਇੱਕ ਬਿਆਨ ਦੋ ਤਲਵਾਰਾਂ ਹੈ ਜੀ ਤੇ ਇੱਕ ਦੋ ਹੋਰ ਉਹ ਮੈਂ ਮੇਰਾ ਪਹਿਲਾ ਨਾਵਲ ਆ ਉਹ ਪੜਿਆ ਤੇ ਮੈਂ ਉਹਨੂੰ ਕਿਹਾ ਅੰਕਲ ਜੀ ਕੋਈ ਮਾਸੜੀ ਜੀ ਜਿhko ਹੋਰਾਏ ਮੇ ਦਿਓ ਮੈਂ ਕਿਤਾਬਾਂ ਨਾ ਮੈਨੂੰ ਇਹ ਪਤਾ ਨਾਵਲ ਕੀ ਹੁੰਦਾ ਨਾ ਮੈਨੂੰ ਪਤਾ ਕਹਾਣੀ ਕੀ ਹੁੰਦੀ ਹੈ ਪਰ ਪੜਨ ਦਾ ਮੈਨੂੰ ਸੁਆਦ ਜਾ ਪੈ ਗਿਆ ਜਿਹੜੀ ਫਿਰ ਉਦੋਂ ਬਾਅਦ ਜਿੰਨੇ ਕੋਦੇ ਕੋਲ ਸੀ ਉਹਦੇ ਤੇ ਹਾਂਜੀ ਲੋਹੂ ਦੀ ਲੋ ਤੱਕ ਮੈਂ ਸਾਰੇ ਉੱਥੇ ਪੜਿਆ ਦੇਖ ਲਓ ਕਿਛੇ ਤੱਕ ਜਿਹੜੀ ਜਸਵੰਤ ਸਿੰਘ ਕਮਲਦੇ ਤੇ ਉੱਥੇ ਜਿਹੜਾ ਮੈਨੂੰ ਉਹਨੇ ਦਿੱਤਰ ਦੀ ਵਾਲਾ ਉਹ ਰਾਤ ਬਾਕੀ ਹਾਸ ਸੀ ਮੇਰੇ ਯਾਦ ਆ ਹੁਣ ਤੱਕ ਜਦ ਹੀ 9ਵੀਂ 10ਵੀਂ ਵਿੱਚ ਮੈਂ ਪੜਨ ਲਿਟਰੇਚਰ ਪੜਨ ਲੱਗ ਗਿਆ ਸੀ 10ਵੀਂ ਵਿੱਚ ਪਹਿਲੀ ਰਚਨਾ ਮੇਰੀ ਨਵਜਵਾਨਾ ਚ ਛਪ ਗਈ ਸੀ ਜੀ ਸੋ ਇਹ ਹੈ ਮੇਰਾ ਇੱਕ ਪਾਸਿਆ ਦਾ ਸਫਰ